ਰੋਟੀ ਦਾ ਮੈਂ ਤੇ ਬੂਟਿਆਂ ਪਹਿਲੀ ਰੇੜਾ ਏ ਆ ਜਲਾ ਪਾਲ ਸਿੰਘ ਦੇ ਵੱਲ ਗੱਲਾਂ ਹੋਈਆਂ ਨੇ ਗੁਰਵਿੰਦਰ ਦੀ ਰੇੜ ਪੈ ਗਈ ਆਹ ਕਹਿੰਦੇ ਰਤੀਏ ਦੇ ਲਾਗੇ ਕਰਕੇ ਖੂਨਣ ਪਿੰਡ ਆਹ ਸਾਹਮਣੇ ਗੱਲ ਮਾਨਸੇ ਦੀ ਆ ਪਹਿਲੀ ਡੇਢ ਵਾਲੀ ਕਬੱਡੀ ਪਾ ਕੇ ਵਾਪਸ ਆ ਮੇਰੇ ਮਿੱਤਰੋ ਖੇਡਦਾ ਕਬੱਡੀ ਮੁੰਡਾ ਪਹਿਲੀ ਰੇੜ ਪਾਈ ਹੋਵੇ ਪੈਂਦਾ ਵੇਖ ਜੱਫਾ ਤਾੜੀ ਲੋਕਾਂ ਨੇ ਵਜਾਈ ਹੋਵੇ ਇੱਕ ਜ਼ੋਰ ਨਾਲ ਜਦੋਂ ਪਹਿਲਾਂ ਅੰਕ ਲੈ ਕੇ ਆਣ ਹੰਦਿਆਂ ਤੇ ਖੜਦਾ ਹਾਂ ਫੇਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਫੇਰ ਦਿਲ ਗੱਭਰੂ ਦਾ ਇਹ ਡੂਡੂ ਕਰਦੀ ਜਵਾਨੀ ਆ ਦੁਨੀਆਂ ਦੇ ਚਾਰ ਜਾਫਿਆਂ ਦੇ ਵਿੱਚ ਕਲਵੀਰ ਚਟਾਣੇ ਦਾ ਨਾਂ ਚੱਲਦਾ ਸੱਤੀ ਫਿਲਮੇ ਦੀ ਧਰਤੀ ਦਾ ਨਾ ਵੱਡਾ ਮੈਚ ਵੱਡੀਆਂ ਟੀਮਾਂ ਨੇ ਨਾ ਵੇਖਦੇ ਵੀ ਅਸਵੇ ਹਜੇ ਤੇ ਮੈਚ ਕਹਿੰਦੇ ਸ਼ੁਰੂ ਹੋਇਆ ਸਾਡੇ 24 ਤੇ 25 ਦੇ ਦਰਮਿਆਨ ਐਨ ਖੰਡਾ ਫੁੱਲ ਖੜਕਣ ਵਾਲੀ ਗੱਲ ਆ ਨਾ ਛਾਤਰ ਦੇ ਕਪਲ ਦੀ ਰੇਡ ਪੈ ਚੁੱਕੀ ਹੈ ਆਓ ਕਿਤੇ ਕਪਲ ਛਾਤਰ ਦੀ ਧਰਤੀ ਤੱਕ ਵੱਡੀ ਪਾ ਰਿਹਾ ਲੈਵੀ ਕੋਟ ਦੀ ਵਾਲਿਆ ਆਓ ਗੱਲਾਂ ਟਕਾਣੇ ਆਹ ਮਕਲੋਡੇ ਵਾਲਾ ਬਹਿ ਗਿਆ ਢਾ ਕੇ ਹਿੱਕ ਦੇ ਉੱਪਰ ਉਹ ਚਿੱਟੀਆਂ ਨੀ ਕਰਾ ਖਾਣ ਪਰਵਾਨ ਧਰਤੀ ਜਲਾਲਪੁਰ ਦੀ ਇਹ ਮਾੜੇ ਨੂੰ ਦਬਕਾਉਣਾ ਕਾਹਦਾ ਜਿਹੜਾ ਪਹਿਲਾਂ ਹੀ ਅੱਗੋਂ ਘਾਪਰਦਾ ਆਉਂਦਾ ਫਿਰ ਸਵਾਦ ਯਾਰ ਜਦੋਂ ਅੱਗੇ ਟੱਕਰੇ ਪੁੱਤ ਹਾਂ ਬਰਾਬਰ ਦਾ ਜਦੋਂ ਕਰੇ ਅੱਗੇ ਟੱਕਰੇ ਪੁੱਤ ਬਰਾਬਰ ਦਾ ਸਵਾਦ ਹੀ ਫੇਰ ਆਉਂਦਾ ਵੀ ਬਰਾਬਰ ਨੂੰ ਬਰਾਬਰ ਦਾ ਟੱਕਰਨਾ ਚਾਹੀਦਾ ਇਹ ਵੀ ਧੜਾ ਬਰਾਬਰ ਦਾ ਔਰ ਜਾਗੇ ਨਾਲ ਸੁੱਤਿਆਂ ਦਾ ਤੇ ਸ਼ੇਰਾਂ ਨਾਲ ਕੁੱਤਿਆਂ ਦਾ ਦੱਸ ਕੀ ਮੁਕਾਬਲਾ ਆਹ ਮੁੰਡੇ ਨੇ ਭਾਜੀ ਮੋੜ ਦਿੱਤੀ ਹੈ ਇਹਨੂੰ ਤਾਕੜ ਕਹਿੰਦੇ ਨੇ ਔਰ ਸਾਨੂੰ ਨੀ ਪਤਾ ਵੀਰੇ ਆਹ ਤਾਰੇ ਤੂਰੇ ਤੋੜਦਾ ਔਰ ਲੋਕੋ ਹੁਕਾਂ ਦੇ ਵਿੱਚ ਦਮ ਰੱਖੀਦਾ ਗੱਲ ਤਾਂ ਸਵਾਦ ਵਾਲੀ ਹੈ ਹਾਂ ਸਾਹਮਣੇ ਵੇਖਾਂਗੇ ਮੇਰੇ ਮਿੱਤਰੋ ਆਹ ਧਨੌਰੀ ਵਾਲਿਆ ਗੱਲਾਂ ਟਿਕਾਣੇ ਆ ਥੋੜਾ ਵੀਰੇ ਪਿੱਛੇ ਨੂੰ ਹੋ ਜਾਓ ਭਰਾ ਬਣ ਕੇ ਪਿੱਛੇ ਨੂੰ ਹੋ ਜਾਈਏ ਭਰਾ ਬਣ ਕੇ ਥੋੜਾ ਥੋੜਾ ਬਿੱਲੇ ਕਾਰਨਾ ਵੀਰਾਂ ਨੂੰ ਪਿੱਛੇ ਜਿਵੇਂ ਮਾਨ ਸਾਹਿਬ ਕਹਿੰਦੇ ਹੁੰਦੇ ਆ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ ਚੜ੍ਹਦੀ ਜਵਾਨੀ ਵਿੱਚ ਅੱਖ ਮਸਤਾਨੀ ਵਿੱਚ ਆਹ ਕਿਸੇ ਨਾਲ ਫਸਣਾ ਜ਼ਰੂਰ ਚਾਹੀਦਾ ਆਹ ਚੋਟੀ ਦਾ ਮੈਚ ਆ ਮੇਰੇ ਮਿੱਤਰੋ ਸਿਰੇ ਦੀਆਂ ਗੱਲਾਂ ਗੱਲ ਜਿੱਧਰ ਮਰਜ਼ੀ ਲਾ ਲਈਏ ਕੋਈ ਸਿੱਧਾ ਸੋਚਦਾ ਕੋਈ ਪੁੱਠਾ ਸੋਚਦਾ ਆਹ ਮੇਰੇ ਮਿੱਤਰੋ ਆਹ ਵੱਜਦੇ ਧੱਕੇ ਲੱਗਦਾ ਜ਼ੋਰ ਧਾਕੜ 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 ਪਰ ਧਨੌਰੀ ਵਾਲਾ ਕਹਿੰਦੇ ਵੀਰ ਗੱਲ ਟਿਕਾਣੇ ਲਾ ਗਿਆ ਦੋ ਸੀਜ਼ਨ ਇੰਗਲੈਂਡ ਦੇ ਵਿੱਚ ਖੇਡਿਆ ਕਲਵੰਤ ਸੰਘੇ ਦੇ ਲਈ ਪਹਿਲੀ ਸੀਜ਼ਨ ਔਰ ਕਹਿੰਦੇ ਵੀ ਬਲਜਿੰਦਰ ਭੇਟਰ ਦੇ ਲਈ ਦੂਜੇ ਸੀਜ਼ਨ ਦੋ ਸਾਲ ਲਗਾਤਾਰ ਇੰਗਲੈਂਡ ਦੀ ਧਰਤੀ ਸਮਿਤ ਨੇ ਧੁੰਮਾਂ ਪਾਈਆਂ ਨੇ ਆਹ ਜਰਾਵਰ ਦੇ ਮੇਲੇ ਦਾ ਔਰ 3600 ਫੋੜ ਦਾ ਜੇਤੂ ਹੈ ਔਰ ਕੋਟਲੇ ਆਈ ਜੀਤ ਦੇ ਨਾਲ ਪੈ ਗਿਆ ਪੰਗਾ ਔਰ ਭਿੜਦੇ ਸਾਨ ਲੱਗਦਾ ਚੋਰਨ ਦੀ ਚੋਟੀ ਦਾ ਔਰ ਜੀਤ ਪ੍ਰੀਤ ਮੇਰੇ ਮਿੱਤਰੋ ਗੱਲਾਂ ਟਿਕਾਣੇ ਲੱਗੀਆਂ ਲੈ ਵੀ ਫੌਜੀ ਪਾ ਕਬੱਡੀ ਨੌਜਵਾਨਾਂ ਉਹ ਕਹਿੰਦੇ ਨੰਬਰ ਵੀ ਔਖੇ ਹੀ ਹੋਣੇ ਆ ਆਹ ਕਹਿੰਦੇ ਚੇਤੀ ਸਾਹਿਬ ਜਾਂਦਾ ਰਹਿ ਯਾਰ ਆਹ ਰੱਬ ਵਰਗੇ ਪਿੰਡ ਦੇ ਦਰਸ਼ਨ ਕਰਾਤੇ ਆ ਭਾਵੇਂ ਹੋ ਆਪਾਂ ਲੇਟ ਹੀ ਗਏ ਆ ਭਾਵੇਂ ਕੁੱਲ ਮਿਲਾ ਕੇ 2 ਵੱਜਣ ਭਾਵੇਂ ਹੁਣ ਪਿੰਡ 5 ਜਾਂਦੇ ਵੱਜ ਜਾਣੇ ਆ ਓਏ ਉਧਰਲੇ ਬੰਨੇ ਧਾਕੜ ਕਹਿੰਦਾ ਮੈਂ ਮੋਟਰਸਾਈਕਲ ਜਿੱਤਣਾ ਮੈਂ ਮੋਟਰਸਾਈਕਲ ਜਿੱਤਣਾ ਮੇਰੇ ਮਿੱਤਰੋ ਜਿੱਤੂਗਾ ਕੌਣ ਇਹ ਸਮਾਂ ਦੱਸੂਗਾ ਕੋਈ ਕਹਿੰਦੇ ਖਰੀਦਣ ਦਾ ਨਾਮ ਰੱਖਦਾ ਕੋਈ ਜਿੱਤਣ ਦਾ ਰੱਖਦਾ ਹੁਣ ਵੇਖਦੇ ਵੀ ਜਿੱਤਦਾ ਕੌਣ ਆ ਗੁਰਵਿੰਦਰ ਖੁੱਲਣ ਦੀ ਰੇਡ ਚਾਰ ਮੰਨੇ ਪਰਮੰਨੇ ਨੇ ਆਹ ਵੇਖੋ ਵੀ ਅਸ ਨੇ ਪੁਆਇੰਟ ਗੁਰਵਿੰਦਰ ਦੇ ਲਈ ਆ ਅਨਿਲ ਪੰਜੇਠੇ ਦੀ ਧਰਤੀ ਦਾ ਉਧਰੋਂ ਚਾਰ
ਚਾਰ ਸਮਿਤ ਇਟਲੀ ਕਹਿੰਦਾ ਔਰ ਸਾਡੇ ਸਮਿਤ 1100 ਦੇ ਦੋ ਜਥੇ ਮੋਦੂ ਭਲਵਾਨ ਝੁਕੇ ਨੇ ਐਲਾਨ ਕਰ ਦਿੱਤਾ। ਮੋਦੂ ਭਲਵਾਨ ਤੇ ਨਿਲ ਮੇਰੇ ਮਿੱਤਰੋ, ਲੈ ਵੀ ਕਲੀ ਵਾਲਿਆ ਵੀਰਾ, ਲੈਣਾ ਤੇ ਕਲੀ ਪਾ ਦੇ ਸੋਹਣਿਆ, ਲੈਣਾ ਥੋੜੀਆਂ ਵੱਧ ਪੈ ਗਈਆਂ, ਪਾਓ ਚੋਪਰਾ ਕਬੱਡੀ ਮਨੀ ਨੌਜਵਾਨਾਂ, ਵੱਧ ਕੇ ਗਲਾਂ ਟਿਕਾਣੇ ਖੇਡ ਮੈਦਾਨ ਦੇ ਵਿੱਚ, ਆਹ ਭਰਾ ਬਣ ਕੇ ਕਲੀ ਪਾ ਦਿਓ ਥੋੜੀ ਥੋੜੀ ਵੀਰੇ, ਆਹ ਸਾਹਮਣੇ ਸਤਨਾਮ ਕਰੀ ਗੱਲ ਪੈਂਦੀ ਰੇਡ, ਹਾਂ ਸਾਹਮਣੇ ਲਿਖਿਆ ਵੀ ਕਮਲ ਦੀ ਰੇਡ ਆ, ਅਵਿਨਾਸ਼ ਇਟਲੀ ਲੱਕੀ ਸਾਡਾ ਵੀ ਆਸਟ੍ਰੇਲੀਆ ਵੱਡੇ ਮਾਣ ਨਾ ਵੱਡਾ ਮੈਚ ਆ ਚੋਟੀ ਦਾ ਮੈਚ ਚੱਲਦਾ, ਆ ਵੀ ਕਹਿੰਦੇ ਜਾਫੀਆਂ ਨੂੰ ਮਿੱਧ ਦਾ ਤੁਰਿਆ ਆਉਂਦਾ, ਇਹ ਕਾੜਨੀ ਚੋਂ ਦੁੱਧ ਪੀਂਦਾ ਮੁੰਡਾ ਯਾਰ ਰਿੱਝਦਾ, ਮਨ ਸਿੰਘ ਦੁਲਟ ਆਉਂਦਾ ਜਾਫੀਆਂ ਨੂੰ ਮਿੱਧਦਾ। ਲੈ ਵੀ ਧਨੌਰੀ ਵਾਲਿਆ ਗੱਲਾਂ ਟਿਕਾਣੇ ਲੱਗ ਜਾਣੀਆਂ ਨੌਜਵਾਨਾਂ, ਉਧਰ ਸੀਤਾ ਪੱਤਣ ਨਾਲ ਗਗਨ ਨਾਗਰਾ, ਇਧਰ ਕਹਿੰਦੇ ਸ਼ਿਵਾ ਮੇਰੇ ਮਿੱਤਰੋ, ਫੈਸਲਾ ਤਾਂ ਹੋ ਗਿਆ, ਫੈਸਲਾ ਤੇ ਹੋ ਗਿਆ, ਆਓ ਫੈਸਲਾ ਤੇ ਹੋ ਗਿਆ। ਇਧਰ ਲੱਕੀ ਤੇ ਲੱਕੀ ਆਸਟ੍ਰੇਲੀਆ ਤੇ ਸਮਿਤ ਅਵਿਨਾਸ਼ ਇਟਲੀ ਨੇ ਐਲਾਨ ਕਰ ਦਿੱਤਾ ਵੀ ਮੋਦੀ ਦੀ ਮੋਦੂ ਹੋਣਾ ਦੀ ਟੀਮ ਦਾ ਜਿਹੜਾ ਜਾਫੀ ਚ ਫਲ ਆਵੇਗਾ ਦੋ ਸਰਬ ਦੇ ਮਾਨ ਸਨਮਾਨ ਆ ਛੋਟੀ ਉਮਰ ਦਾ ਮਧੂ ਭਲਵਾਨ ਦੀ ਟੀਮ ਦਾ ਕੋਈ ਵੀ ਜਾਫੀ ਜਫਾ ਲਾਵੇ ਸਮਿਤ ਇਟਲੀ ਮੋਹਨ ਲਾਲ ਇਟਲੀ ਉਹਨਾਂ ਵੱਲੋਂ 2100 ਦਿੱਤਾ ਜਾਣਾ ਮੇਰੇ ਮਿੱਤਰੋ, ਦੋ ਜਫਿਆਂ ਦਾ 2100 ਧਾਕੜ 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 ਤੇ ਧਨੌਰੀ ਵਾਲਾ ਅਮਤ ਆਉਂਦਾ ਵਾਟਾ ਵੱਟਦਾ, ਕਿਆ ਬਾਤ ਕਿਆ ਬਾਤ, ਛੋਟੀ ਉਮਰ ਦਾ ਵੱਡਾ ਖਿਡਾਰੀ ਆ ਮੇਰੇ ਮਿੱਤਰੋ, ਗੁਰਮਿੰਦਰ ਦੀ ਰੇਡ ਆਓ ਵੇਖ ਰਹੇ ਵੀ ਚਾਰ ਨੇ ਚਾਰੇ ਦੇ ਚਾਰੇ ਚਾਰ ਨੇ ਕਿ ਦਸੂਗਾ ਰੰਗਾਂ ਨੇ ਕੀ ਆ ਸ਼ੈ ਗੱਭਰੂ, ਆਹ ਬੈਲ ਸਾਡੇ ਟਾਈਮ ਕਿਹੜਾ ਫਿੱਟ ਲੈਣ ਦੇ, ਆਹ ਦੁਨੀਆਂ ਦਾ ਜੱਟ ਕਹਿੰਦਾ ਜਿੱਤ ਕੇ ਹੱਡੂ ਖਿੱਚਦੇ ਨੇ ਲੱਤਾਂ ਜਿਹੜੇ ਖਿੱਚ ਲੈਣ ਦੇ, ਆਹ ਖਿੱਚਦੇ ਨੇ ਲੱਤਾਂ ਜਿਹੜੇ ਖਿੱਚ ਲੈਣ ਦੇ, ਆਹ ਗੁਰਵਿੰਦਰ ਨੇ ਅੰਗਲਾ ਵਾਧਾ ਕਰ ਦਿੱਤਾ ਫੁੱਟਿਆ ਕਰਦੇ ਚਲਦਾ ਸੁਨਾ ਜਵਾਨ, ਆਹ ਕਹਿੰਦੇ ਫੌਜੀ ਫੌਜੀ ਕਬੱਡੀ ਪਾ ਰਿਹਾ ਮੇਰੇ ਮਿੱਤਰੋ, ਬਾਬਾ ਮੇਹਰ ਕਰੇ ਅੱਜ ਦਾ ਮੇਲਾ ਕਿਤੇ ਸਿਰੇ ਦਾ ਹੋ ਗਿਆ, ਸੱਚਾ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਗੱਲ ਕਹਿੰਦੇ ਬਾਬਾ ਸਰਬਦਾਸ ਦੀ ਕੋਈ ਨਾ ਬੋੜਿਆ, ਇਧਰੋਂ ਤੁਰ ਕੇ ਲੱਖ, ਉਧਰੋਂ ਕੋਈ ਨਾ ਬੋੜਿਆ ਇਧਰੋਂ ਤੁਰ ਕੇ ਲੱਖ, ਇਹ ਪਿਆਰ ਸਤਕਾਰ ਦੀ ਜ਼ਿੰਦਗੀ ਹੈ, ਵਾਰ ਵਾਰ ਨਹੀਂ ਆਉਣੀ ਮਿੱਤਰੋ, ਵਾਰ ਵਾਰ ਨਹੀਂ ਜਗਦੇ ਆਉਣਾ, ਦਿਲ ਨੂੰ ਤੂੰ ਸਮਝਾ ਲਾ ਲੱਖਾਂ ਵਿੱਚੋਂ ਇੱਕ ਹੈ ਬਣਦਾ, ਹਾਂ ਬਾਦੇ ਖਾਨੇ ਵਾਲਾ ਲੱਖਾਂ ਵਿੱਚੋਂ ਇੱਕ ਹੈ ਬਣਦਾ, ਵਰਦਾ ਬਾਦੇ ਖਾਨੇ ਵਾਲਾ, ਆਓ ਵੇਖਾ ਵੀ ਵੇਖਦੇ ਵੀ ਉਸ ਮੈਂ ਨਿਲ ਟੱਕਰ ਹੋ ਗਈ ਹੁਸ਼ਿਆਰੇ ਦੇ ਨਾਲ, ਨਾ ਮਣੀ ਦਾ ਕੀ ਫੈਸਲਾ ਹੈ, ਵੀ ਫਾਈਨਲ ਮੈਚ ਹੈ, ਸਮਿਤ ਹੋਣਾ ਦੀ ਟੀਮ ਆ, ਜੱਸੇ ਸਰਪੰਚ ਹੋਣਾ ਦੀ ਟੀਮ ਹੈ, ਮੋਦੂ ਭਲਵਾਨ ਇੰਗਲੈਂਡ ਦੇ ਵਿੱਚ ਬੈਠਾ ਆਹ ਚਾਰਾਂ ਮਿੱਤਰਾਂ ਦੇ ਨਾਲ ਆਪਣੇ ਪਿੰਡ ਦੇ ਮੇਲੇ ਦਾ ਆਹ ਫਾਈਨਲ ਮੈਚ ਦਾ ਸਵਾਲ ਬੈਠਾ ਮੇਰੇ ਵੀਰੋ, ਸਾਡਾ ਕਿਤੇ ਸੱਜਣ ਇਟਲੀ ਵਾਲਾ ਕਹਿੰਦਾ ਧਾਕੜ ਦਾ ਇੱਕੋ ਜੱਫਾ 500 ਦਾ ਆਉਣਾ ਮੇਰੇ ਮਿੱਤਰੋ, ਬਗਲਾਡੇ ਵਾਲਿਆ ਆਓ ਸਾਹਮਣੇ ਕਹਿੰਦੇ ਸਮਿਤ 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 ਤੇ
ਮੇਰਾ ਰੱਬਾ ਅਰਦੀ ਗੁੱਡੀ ਅਰਦੀ ਗੁੱਡੀ ਅਰਦੀ ਗੁੱਡੀ ਕਿਆ ਬਾਤ ਹੈ ਹਰ ਸਮੇਂ ਤੇਰੇ ਕਮਾਲ ਕਰ ਦਿੱਤੀ ਹੈ ਲੱਕੀ ਦੇ ਵਿਨਾਸ਼ 200 ਰੁਪਏ ਦੇ ਮਾਂ ਨੇ ਹਰ ਦੜਵੇ ਦੀ ਧਰਤੀ ਦਾ ਚਮਕਾਰ ਘੁਮਾਉਣ ਦਾ ਪੇਂਡੂ ਇਸ ਸਮੇਂ ਨੰਦ ਸਿੰਘ ਦੁੱਟ ਜਾਦਾ ਦੇ ਉਸਤਾਦੂ ਗੁਰਮੇਲ ਸਿੰਘ ਦੜਵੇ ਦੀਆਂ ਜਿੱਥੋਂ ਦਾ ਕੱਪ ਮਸ਼ਹੂਰ ਹੈ ਜਿੱਥੋਂ ਦੇ ਪ੍ਰਮੋਟਰ ਮਸ਼ਹੂਰ ਨੇ ਜਿੱਥੋਂ ਦੇ ਖਿਡਾਰੀ ਮਸ਼ਹੂਰ ਨੇ ਅੱਜ ਕੱਲ ਦੁਨੀਆਂ ਦੇ ਵਿੱਚ ਦਿੜਬਾ ਦਿੜਬਾ ਹੁੰਦੀ ਹੈ ਨਾ ਵੇਖ ਰਹੇ ਵੀ ਇਸ ਸਮੇਂ ਰੇਡ ਧਨੌਰੀ ਦੇ ਭੋਲੇ ਦੀ ਉਧਰੋਂ ਸੀਤਾ ਪਤੜਾ ਦਾ ਵਿਕਾਸ ਮਨੋਟੇ ਦਾ ਨਾ ਪੰਡ ਧਾਵੀ ਦੇ ਲਈ ਉਭਰੀ ਆਣੇ ਵਾਲਿਆ ਸਮੱਸਤਾ ਗਿਆ ਆਓ ਕਹਿੰਦੇ ਧਨੌਰੀ ਵਾਲਾ ਗੱਭਰੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਮੈਂ ਆਹ ਕਰ ਦੂ ਆਦਤ ਨਹੀਂ ਸੁਰਨੀਆਂ ਛੱਡਣ ਦੀ ਸਾਡੀ ਰੱਬ ਨੇ ਡਿਊਟੀ ਲਾਈ ਆ ਧਰਤੀ ਨਾਲ ਜੁੜ ਕੇ ਚੱਲਣ ਦੀ ਆਓ ਸਾਹਮਣੇ ਮੇਰੇ ਮਿੱਤਰੋ ਜਿਹੜੇ ਧਰਤੀ ਨਾਲ ਜੁੜੇ ਲੋਕ ਆ ਦੁਨੀਆਂ ਦੇ ਵਿੱਚ ਪ੍ਰਸਿੱਧੀ ਖੱਟਦੇ ਆ ਆਹ ਮਨਾਂ ਦਾ ਮਾਨ ਹੈ ਆਹ ਬੈਠਾ ਚੇਚੀ ਸਾਹਿਬ ਧਰਤੀ ਨਾਲ ਜੁੜਿਆ ਯਾਰ ਆਹ ਬੈਠਾ ਪ੍ਰਦੀਪ ਜਿਹਦੇ ਕਹਿੰਦੇ ਪੋਪਰੀਆ ਹਸ਼ਿਆਰਾ ਆਇਆ ਹੋਇਆ ਪਿਆਰ ਕਰਕੇ ਯਾਰੀ ਕਰਕੇ ਇਹ ਸਤਿਕਾਰ ਹੈ ਇਹ ਭਰਾਵਾਂ ਦਾ ਪਿਆਰ ਬਣਿਆ ਰਵੇ ਧੰਨਵਾਦ ਕਰਦੇ ਆ ਭਾਈ ਭਾਈਆਂ ਦੇ ਦਰਦ ਬਣਾਉਂਦੇ ਭਾਈ ਭਾਈਆਂ ਦੀਆਂ ਬਾਹਾਂ ਬਾਪਸਰਾਂ ਦੇ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਸ਼ਾਮਾਂ ਲੈ ਵੀ ਸਤਨਾਮ ਕਰ ਗੱਲ ਸੁਣ ਆਓ ਸਾਹਮਣੇ ਗੁਰਵਿੰਦਰ ਆ ਗਿਆ ਗੁਰਵਿੰਦਰ ਉਧਰੋਂ ਲੱਕੀ ਆਸਟ੍ਰੇਲੀਆ ਔਰ ਕਹਿੰਦੇ ਵਿਨਾਸ਼ ਇਟਲੀ ਨੇ ਐਲਾਨ ਕਰ ਦਿੱਤਾ ਬੋਧੂ ਭਗਵਾਨ ਦੀ ਟੀਮ ਦਾ ਜਿਹੜਾ ਜਾਫੀ ਜਫਲ ਉਹ 500 ਪਰ ਵੇਖੋ ਵੀ ਅਸ ਨੇ ਜਾਗਰ ਨਾਗਰੇ ਦੀ ਟਰਾਈ ਹਾਂ ਗੁਰਵਿੰਦਰ ਖੋਨਣ ਕਹਿੰਦੇ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਹਾਂ ਮੋਟਰਸਾਈਕਲ ਜਿੱਤਣ ਨੂੰ ਫਿਰਦਾ ਕਿਹੜਾ ਜਿੱਤੂ ਇਹ ਸਮਾਂ ਦੱਸੂ ਕੋਈ ਕਹਿੰਦਾ ਮੋਦੂ ਹੁਣਾਂ ਦੀ ਟੀਮ ਜਿੱਤਣੀ ਹੈ ਕੋਈ ਕਹਿੰਦਾ ਰਾਜੂ ਪਾਪਾ ਦੀ ਟੀਮ ਜਿੱਤਣੀ ਹੈ ਇਹ ਜਿੰਨਾ ਚਿਰ ਚੱਲਣਾ ਮੈਚ ਤੂੰ ਸ਼ੱਕ ਤੇ ਰਹਿਣੀ ਹੈ ਮੈਚ ਰੋ ਕੇ ਉਹਨਾਂ ਨੂੰ ਪਿੱਛੇ ਕਰ ਗਿਆ ਮੇਲਾ ਜਲਾਲਪੁਰ ਦਾ ਇੰਨੇ ਬੰਦੇ ਗਰਾਊਂਡ 'ਚ ਕਿੱਧਰੋਂ ਆ ਗਏ ਯਾਰ ਆਹ ਪਲੇਅਰਾਂ ਤੋਂ ਬਿਨਾਂ ਭਾਈ ਹੱਥ ਮੰਨ ਕੇ ਬੇਨਤੀ ਬਾਹਰ ਚੱਲੋ ਗਰਾਊਂਡ 'ਚੋਂ ਇੱਕ ਟੀਮ ਨੇ ਕੀ ਕੋਚ ਰਵੇ ਮੇਰੀ ਬੇਨਤੀ ਪਾਣੀ ਵਾਲਾ ਭਰਾ ਵੀ ਗਰਾਊਂਡ 'ਚੋਂ ਬਾਹਰ ਚਲਾ ਜਾਵੇ ਐਡਾ ਵੱਡਾ ਮੈਚ ਹੈ ਯਾਰ ਆਪਾਂ ਦੋਗੀਆਂ ਬਣਾ ਲਈਆਂ ਜਾਓ ਮੇਰੀ ਬੇਨਤੀ ਭਰਾ ਬਣ ਕੇ ਗਰਾਊਂਡ 'ਚੋਂ ਪਾਸੇ ਤੁਹਾਡੇ ਮੂਹਰੇ ਹੱਥ ਮੰਨ ਕੇ ਬੇਨਤੀ ਹੈ ਫਾਈਨਲ ਮੈਚ ਆ ਰਾਤ ਦੇ ਯਾਰ 2 ਵਜੇ ਪਏ ਆ ਤਾਂ ਵੀ ਆਪਾਂ ਗਰਾਊਂਡ 'ਚ ਨਾ ਇਕੱਠ ਮਾਰੀ ਬੈਠੇ ਹਾਂ ਬਹਿ ਜਾਓ ਜਿਹਦੀ ਕੋਈ ਡਿਊਟੀ ਨਹੀਂ ਮੁੰਡਿਆਂ ਨੂੰ ਖੇਡਣ ਦਿਓ ਰੇਡਰਾਂ ਨੂੰ ਰੇਡਾਂ ਪਾਉਣ ਦਿਓ ਜਾਫੀਆਂ ਨੂੰ ਜਫੇ ਲਾਉਣ ਦਿਓ ਜਾਫੀਆਂ ਨੂੰ ਜਫੇ ਲਾਉਣ ਦਿਓ ਜਿਹਦਾ ਕੋਈ ਕੰਮ ਨਹੀਂ ਭਰਾ ਬਣ ਕੇ ਮੇਲਾ ਸਾਈਡ ਤੇ ਖੜ ਕੇ ਵੇਖੀਏ ਮੇਲਾ ਸਾਈਡ ਤੇ ਖੜ ਕੇ ਵੇਖੀਏ ਜਿੰਨੇ ਵੀ ਵੀਰ ਭਾਵੇਂ ਟਾਈਮ ਬਹੁਤ ਹੋ ਚੁੱਕਿਆ ਫਿਰ ਵੀ ਸਾਰੀ ਸੰਗਤ ਦਾ ਅਸੀਂ ਧੰਨਵਾਦ ਕਰਦੇ ਹਾਂ ਭਾਵੇਂ ਟਾਈਮ ਜਿਹੜਾ ਲੋੜ ਤੋਂ ਵੱਧ ਹੋ ਚੁੱਕਿਆ ਅਸੀਂ ਸਾਰੀਆਂ ਕਮੇਟੀਆਂ ਨੂੰ ਕਲੱਬਾਂ ਨੂੰ ਬੇਨਤੀ ਕਰਦੇ ਹਾਂ ਖਿਡਾਰੀਆਂ ਨੂੰ ਬੇਨਤੀ ਕਰਦੇ ਵੀ ਤੁਸੀਂ ਟਾਈਮ ਸਿਰ ਆਇਆ ਕਰੋ ਤੇ ਟੀਮਾਂ ਪ੍ਰਬੰਧਕ ਕਮੇਟੀਆਂ ਸੀਮਤ ਐਂਟਰ ਕੇ ਰਹਿ ਕਰੋ ਤਾਂ ਕਿ ਫਾਈਨਲ ਮੈਚ ਤੋਂ ਸਹੀ ਟਾਈਮ ਸਿਰ ਹੋ ਜਾ ਕਰੋ ਬਹੁਤ ਬਹੁਤ ਧੰਨਵਾਦ ਹੈ ਜੇ ਆਹ ਟਾਈਮ ਮੇਲੇ ਹੁੰਦੇ ਰਹੇ ਫਿਰ ਤਾਂ ਇੱਕ ਮੇਲਾ ਖੇਡਿਆ ਜਾ ਕਰੋ 5 ਦਿਨਾਂ 'ਚ ਭਰਾ ਬਣ ਕੇ ਸੋਚੋ ਯਾਰ ਕਬੱਡੀ ਬਾਰੇ ਅਸੀਂ ਤੁਹਾਡੇ ਬੱਚੇ ਹਾਂ ਪਹਿਲੇ ਦਿਨ ਪਿੰਡ ਪੱਧਰ ਨਰੋਲ ਕਰਾ ਲਿਆ ਕਰੋ ਤੇ ਦੂਜੇ ਦਿਨ 6-7 ਲਿਆ ਕਰੋ 8-7 ਲਿਆ ਕਰੋ ਨਾਲੇ ਸਵਾਦ ਆ ਜਾਂਦਾ ਨਾਲੇ ਮੇਲਾ ਟਾਈਮ ਨਾਲ 3 ਰੋਜ਼ਾ ਕਬੱਡੀ ਦਾ ਟੂਰਨਾਮੈਂਟ ਚੱਲਦਾ ਹੈ ਕਈ ਵਾਰੀ ਕਮੇਟੀਆਂ ਦੀ ਮਜ਼ਬੂਰੀ ਬਣ ਜਾਂਦੀ ਹੈ ਭਾਈ ਕਈ ਵਾਰੀ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਰੋਹ ਰੀਤਾਂ ਚੱਲ ਪੈਂਦੀਆਂ ਉਹ ਫਿਰ ਨਾਲ ਹੀ ਚੱਲਦੀਆਂ ਰਹਿੰਦੀਆਂ ਕਿਉਂਕਿ ਪਲੇਅਰ ਬੜੀ ਦੂਰ ਦੂਰ ਤੋਂ ਆਏ ਹੁੰਦੇ ਆ ਫਿਰ ਉਹਨਾਂ ਨੇ ਜਿੰਨਾ ਚਿਰ ਇਹ ਘਰੇ ਜਾਂਦੇ ਨਹੀਂ ਕਿਉਂਕਿ ਕੋਈ ਵੀ ਇਨਸਾਨ ਹੈ
ਸਭ ਤੋਂ ਵੱਧ ਜੇ ਆਪਣੇ ਧੀ ਪੁੱਤ ਦੀ ਉਡੀਕ ਕਰਦੀ ਹੈ ਤੇ ਮਾਂ ਕਰਦੀ ਹੈ, ਉਹਦਾ ਬਾਪ ਕਰਦਾ ਹੈ, ਤੇ ਕਰਦੇ ਜੀ ਹੁਣ ਕੁੱਲ ਮਿਲਾ ਕੇ ਉਹਨਾਂ ਚਿਰ ਸੌਂਦੇ ਨਹੀਂ ਜਿੰਨਾ ਚਿਰ ਇਸ਼ੀਆਂ ਮਾਵਾਂ ਦੇ ਬੱਬਰ ਸ਼ੇਰ ਆਪਣੇ ਘਰ ਨਹੀਂ ਚਲੇ ਜਾਂਦੇ। ਇਧਰੋਂ ਸੁਰਿੰਦਰ ਆਦੋ ਵਾਲਾ ਜੀ ਨੇ ਐਲਾਨ ਕਰ ਦਿੱਤਾ ਵੀ ਜਿਹੜਾ ਹੁਣ ਜਾਫੀ ਜੱਫਾ ਲਾਵੇਗਾ ਰਾਜੂ ਪੰਪਾ ਦੀ ਟੀਮ ਦਾ ਉਸ ਖਿਡਾਰੀ ਦੇ ਲਈ 500 ਰੁਪਏ ਦੇ ਮਾਨ ਸਨਮਾਨ ਦਿੱਤੇ ਜਾਣ। ਬਿੱਲੇ 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 ਭਰਾ ਬਣ ਕੇ ਨਾ ਰੌਲਾ ਪਾਈਏ, ਮੈਚ ਸ਼ੁਰੂ ਕਰ ਦਈਏ, ਜੇ ਮੈਚ ਰੋਕਣ ਤੇ ਮੰਜੇ ਮੰਗਾ ਲਈਏ, ਫਿਰ ਜੇ ਐਂ ਦੰਦਾ ਅੜਦਾ ਰਿਹਾ ਭਾਈ ਮੰਜੇ ਮੰਗਾਉਣੇ ਪੈਣੇ ਆ। ਰੈਫਰੀ ਦੋਸਤ ਦੇ ਪਤਾ ਨੀ ਕੀ ਕਾਰਨ ਹੈ, ਇਹਨਾਂ ਦਾ ਸਟੈਮਿਨਾ ਚੈੱਕ ਕੀਤਾ ਬੂਟਿਆਂ ਚ ਵੀ ਸਟੈਮਿਨਾ ਹੈਗਾ ਜਾਂ ਨਾ ਹੈਗਾ, ਇਹ ਜਲਾਲਪੁਰ ਵਾਲੇ ਸਟੈਮਿਨਾ ਚੈੱਕ ਕਰਦੇ ਆ। ਇਹਨਾਂ ਨੇ ਤੇ ਕਰ ਲਿਆ ਤੜਕੇ, ਜਿਹੜੇ ਗਲੂਕੋਜ਼ ਲੱਗਣੇ ਉਹ ਵੇਖੀ। ਚਲੋ ਫਿਰ ਮੁਕਾਬਲਾ ਸ਼ੁਰੂ ਹੋ ਗਿਆ, ਗੱਲ ਕਾਤ 1041 ਦੀ ਤੇ ਨਾਲ ਮੋਟਰਸਾਈਕਲਾਂ ਦੀ ਚੱਲਦੀ ਆ ਫਾਈਨਲ ਮੈਚ ਜਲਾਲਪੁਰ ਦੇ ਮੇਲੇ ਦਾ, ਨਾਲ ਮਿਲ ਪੰਜੇਠੇ ਵਾਲਾ ਫਿਰ ਕਬੱਡੀ ਪਾਉਣ ਦੀ ਵੱਧ ਕਹਿੰਦੇ ਪੈ ਗਈ ਆ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਪ੍ਰਾਈਜ਼ ਵੀ ਥੋੜਾ ਜਿਹਾ ਰੱਖਿਆ ਤੇ ਪਰ ਮੈਚ ਮੈਨੂੰ ਲੱਗਦਾ 2-2.5 ਲੱਖ ਵਾਲੇ ਪ੍ਰਾਈਜ਼ ਵਾਲੇ ਹੋ ਗਏ ਆ। ਇਹ ਕਿੰਨਾਂ ਦੀ ਕਿਰਪਾ ਨਾ ਹੋ ਗਏ, ਬਾਬਾ ਸਰਬਦਾਸ ਦੀ ਕਿਰਪਾ ਨਾ ਹੋ ਗਏ, ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਵੀਰਿਓ। ਆਹ ਮੈਚ ਏਡੇ ਦੇ ਮੱਲ, ਆਹ ਕਿੱਥੇ ਰਾਜਸਥਾਨ, ਕਿੱਥੇ ਹਰਿਆਣਾ, ਕਿੱਥੇ ਹਿਮਾਚਲ, ਕਿੱਥੇ ਹੁਸ਼ਿਆਰਪੁਰ, ਕਿੱਥੇ ਨਵਾਂਸ਼ਹਿਰ, ਕਿੱਥੇ ਬਲਾਚੌਰ ਤੇ ਇੱਥੇ ਜਲਾਲਪੁਰ, ਆਹ ਜਿੱਥੇ ਮੱਲ ਆ ਗਏ। ਲੈ ਵੀ ਸਤਨਾਮ ਕਰ ਗੱਲ ਸੁਣਿਆ, ਇਹ ਭਾਗਾਂ ਵਾਲੀ ਧਰਤੀ ਆ, ਭਾਗਾਂ ਵਾਲੀ ਧਰਤੀ ਹੈ, ਬਹੁਤਾਂ ਦੀ ਤਮੰਨਾ ਹੁੰਦੀ ਆ ਮੈਂ ਪੈਲਸ ਵੜ ਕੇ ਮੋਟਰਸਾਈਕਲ ਟਰੈਕਟਰ ਜਿੱਤਾਂ, ਕਿਸੇ ਦੀ ਤਮੰਨਾ ਹੁੰਦੀ ਆ ਵਿਦੇਸ਼ਾਂ ਦੇ ਵਿੱਚ ਖੇਡਾਂ, ਉਹ ਕਹਿੰਦੇ ਨੇ ਮਨੋਕਾਮਨਾ ਪੂਰੀਆਂ। ਬਾਬਾ ਜੀ ਦੇ ਦਰ ਤੇ ਹੁੰਦੀਆਂ ਨੇ, ਲਓ ਫੌਜੀ ਨੇ ਅੰਦਰ ਵਾਧਾ ਕਰ ਦਿੱਤਾ, ਹਉ ਕਰਵਿੰਦਰ ਕੇ ਕਰੀਂਗੀ ਨੀ ਫੌਜੀ ਪ੍ਰਵਾਦ ਟੋਟਿਆ, ਹਰ ਰੱਬ ਵੱਲੋਂ ਚੰਗਾ ਟਾਈਮ ਮਿੱਥਿਆ ਪਿਆ, ਪਾਤਰਾਂ ਦਾ ਦੂਰ ਉੱਥੇ ਨਿਗਾਹ ਵੀ ਨੀ ਜਾਂਦੀ, ਆਹ ਤੇਰੇ ਵਾਲਾ ਜੱਟ ਜਿੱਥੇ ਟਿੱਕਿਆ ਪਿਆ, ਲਓ ਕਰਵਿੰਦਰ ਖੁੰਡਣਵਾ ਐਨ ਟੋਪ ਦਾ ਧਾਵੀਆ, ਟੋਪ ਦੇ ਜਾਫੀ ਨੇ ਵੱਡੇ ਮੱਲ ਨੇ, ਲਓ ਪੰਡ ਕਰਵਿੰਦਰ ਦੇ ਲਈ ਫੁੱਟਿਆ ਸਮਿਤ ਹੈਗਾ ਧਨੌਰੀ ਦਾ, ਲਓ ਕਹਿੰਦੇ ਸਮਿਤ ਧਨੌਰੀ ਵਾਲਾ ਕਬੱਡੀ ਪਾ ਰਿਹਾ। ਉਧਰ ਸਮਿਤ ਇਡਲੀ ਦੇ ਨਾਲ ਸਾਡਾ ਭਰਾ ਮੋਹਨ ਲਾਲ ਇਡਲੀ ਕਹਿੰਦਾ ਵੀ ਜਿੰਨੇ ਜੱਫੇ ਉਹ ਰਾਜੂ ਪੰਪ ਉਤਲੇ ਬੰਦੇ ਮਧੂ ਭਲਵਾਨ ਦੀ ਟੀਮ ਦੇ ਜਾਫੀ ਲਾਉਣਗੇ, 1100 ਦਿੱਤਾ ਜਾਵੇਗਾ। ਆਹ ਮਧੂ ਭਲਵਾਨ ਕਹਿੰਦੇ ਲੰਦਨ ਤੋਂ ਭਰਾ ਸਾਡਾ ਵੱਡੇ ਮਾਨ ਨੇ, ਲੈ ਵੀ ਭੋਲਿਆ ਗੱਲਾਂ ਦਾ ਟਿਕਾਣੇ ਲੱਗੀਆਂ ਪਈਆਂ, ਓਏ 12.5 ਤੇ ਕਹਿੰਦੇ ਉੱਧਰ 14 ਜੇ ਗੱਲ ਕਹੀਏ, ਆਹ ਗੱਲ ਕਰੀਏ ਤੇ ਕਹਿੰਦੇ ਨੰਬਰ ਬਰਾਬਰੀ ਤੇ ਚੱਲਦੇ ਆ। ਸੀਤਿਆ ਲਾਜਫਾ ਸੱਬੂ ਸਪੇਨ ਕਹਿੰਦੇ ਧਨੋਏ ਪਰਿਵਾਰ ਦਾ ਵੱਡਾ ਪ੍ਰਮੋਟਰ, ਮਹਾਨ ਕਬੱਡੀ ਖਿਡਾਰੀ ਕਹਿੰਦੇ ਲਾਈਵ ਜੁੜਿਆ ਹੋਇਆ ਜਿਹਦੀ ਟੀਮ ਲਈ ਖੇਡਿਆ ਨੌਜਵਾਨ, ਸਤਨਾਮ ਕਰੀ ਗੱਲ ਗੱਭਰੂ ਪਜੇਠੀ ਵਾਲਾ ਕਬੱਡੀ ਪਾ ਰਿਹਾ। ਸੁਰਿੰਦਰ ਆਦੋਆਣੀਆ ਕਹਿੰਦਾ ਰਾਜੂ ਪਾਪਾ ਦੀ ਟੀਮ ਦਾ ਜਿਹੜਾ ਜਾਫੀ ਜੱਫਾ ਲਾਵੇਗਾ ਆਹ 500 ਰੁਪਏ ਦੇ ਮਾਨ ਸਨਮਾਨ, ਨਾ ਵੇਖ ਲੈ ਵੀ ਟਿੱਕੇ ਟਿੱਕੇ ਟਿੱਕਰ ਹੁਸ਼ਿਆਰੇ ਦੀ ਗੱਲ ਕਰਦੀ ਆ, ਨਾ ਵੇਖੋ ਵੀ ਇਸ ਨੇ ਅਨਿਲ ਪੰਜੇਠੇ ਵਾਲਾ ਕਿਹੜਾ ਵਾਧਾ ਕਰ ਚੁੱਕਿਆ, ਗੁਰਵਿੰਦਰ ਖੁਰਨਾ ਦਾ ਫਿਰ ਕਬੱਡੀ ਪਾਉਣ ਦੇ ਲਈ ਵੱਧ ਚੁੱਕਿਆ, ਜੀਤ ਕੋਟਲੀ ਦਾ, ਗਗਨ ਨਾਂਗਰਾ, ਵਿਕਾਸ ਮਤਲੋਡੇ ਦਾ, ਸੀਤਾ ਮਤਲਾ ਦੀ ਧਰਤੀ ਦਾ, ਦੁਨੀਆਂ ਦੇ ਗਾਡਰ, ਹਰਿਆਣੇ ਦੁਨੀਆਂ ਦੇ ਗਾਡਰ 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 ਵਿਕਾਸ ਮਤਲੋਡੇ ਵਾਲਾ, ਉਧਰ ਭੋਲੇ ਵਾਲੀ ਬਿੱਟੂ ਵੱਡੇ ਭਰਾ ਦਾ
ਧੰਨਵਾਦ ਹੈ। ਇਧਰ ਸਪੀਕਰ ਗੂੰਜਦੇ ਹੈਪੀ ਭਰਾ ਦੇ, ਤੇਰੇ ਵਿਆਹ ਵਿੱਚ ਵੱਜੇ ਸਪੀਕਰ ਵੇ, ਮੇਰਾ ਉੱਡਦਾ ਜਾਵੇ ਰੰਗ ਮਿੱਤਰਾ। ਆਓ ਕਹਿੰਦੇ ਮਨ ਕਬੱਡੀ ਪਾ ਕੇ ਵਾਪਸ ਆ, ਅਗਲੀ ਰੇਲ ਫੇਰ ਕਹਿੰਦੇ ਭਾਰੇ ਜੇ ਸਰੀਰ ਦੇ ਵਿੱਚ ਆ ਮੁੰਡਾ ਧਨੌਰੀ ਵਾਲਾ ਤੁਰ ਪਿਆ ਢੇਰੀਆਂ ਤੋਂ। ਆਓ ਭੋਲਾ ਤੁਰ ਪਿਆ ਉਧਰੋਂ ਸਮਿਤ ਇਡਲੀ ਮੋਹਨ ਵਾਲੀ ਇਡਲੀ, ਐਲਾਨ ਕਰ ਦਿੱਤਾ ਵੀ ਸਾਡੀ ਟੀਮ ਮੋਦੂ ਪ੍ਰਧਾਨ ਹੋਣਾ ਦੀ ਟੀਮ ਦਾ ਜਿਹੜਾ ਜਾਫੀ ਦੋ ਜੱਫੇ ਲਾ ਕੇ 3100 ਤੇ ਇੱਕ ਜੱਫਾ 1100 ਦਾ ਸਮਿਤ ਦੇ ਮੋਹਨ ਲਾਲ ਇਟਲੀ ਨੇ ਐਲਾਨ ਕਰ ਦਿੱਤਾ ਹੈ। ਦੋ ਜੱਫਿਆਂ ਦਾ 3100 ਤੇ ਇੱਕ ਜੱਫੇ ਦਾ 1100, ਇਹ ਗੱਲਾਂ ਵੱਡੇ ਪੱਧਰ ਤੇ ਨੇ। ਹਾਂ ਜਲਾਲਪੁਰ ਦੀ ਧਰਤੀ 365 ਦੇ ਫਾਈਨਲ ਦੁਨੀਆ ਵੇਖਦੀ ਆ। ਆਹ ਵੇਖੋ ਵੀ ਅਸਮੇ ਬੂਟਾ ਬੂਟਾ ਨੇ ਫਾਜੀ, ਆਹ ਪਾਣੀ ਫਾਜੀ ਦੇ ਲਈ ਆਪਣੀ ਟੀਮ ਲਈ ਜੋੜ ਗਿਆ। ਬਾਬਾ ਸਰਵਨਦਾਸ ਕਬੱਡੀ ਕਲੱਬ ਦੇ ਨਾਮ ਦੇ ਉੱਪਰ ਰਾਜੂ ਪੰਪ ਵਾਲੇ ਭਰਾ ਦੀ ਟੀਮ ਖੇਡਦੀ ਹੈ। ਧੰਨਵਾਦ ਕਰਦੇ ਵੱਡੇ ਪਿਆਰ ਵੀ ਦੇ ਗਿਆ। ਇੱਧਰ ਭੋਲਾ ਧਨੌਰੀ ਵਾਲਾ ਵੇਰ ਵੇਰ ਕੇ ਤੁਰ ਆਉਂਦਾ, ਓਏ ਪਰੇ 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 ਕੀ ਫੈਸਲਾ ਬਿੱਲਾ ਗਾਲਬ। ਇੱਧਰ ਸੁਰਿੰਦਰ ਚੌਧਰੀ ਆਦਵਾਨੀ ਨੇ ਐਲਾਨ ਕਰ ਦਿੱਤਾ ਵੀ ਰਾਜੂ ਪੰਪਾ ਦੀ ਟੀਮ ਦਾ ਜਿਹੜਾ ਜਾਫੀ ਹੁਣ ਜੱਫਾ ਲਾਵੇਗਾ 1100 ਮੋਹਨ ਲਾਲ। ਇਧਰੋਂ ਕਾਕਾ ਦੂਗੇ ਐਲਾਨ ਕਰਦਾ ਵੀ ਮੋਦੂ ਪ੍ਰਧਾਨ ਦੀ ਟੀਮ ਦਾ ਜਿਹੜਾ ਜਾਫੀ ਜੱਫਾ ਲਾਵੇਗਾ 1100। 11 11 ਦੋਣਾ 22 ਹੋ ਗਏ ਨੇ, ਆਹ 2200 ਦਾ ਜੱਫਾ ਹੋਣਾ ਹੈ 9 ਪੁਆਇੰਟ ਮਿਲਦੇ ਲਈ। ਇੱਧਰ ਸਾਡਾ ਰਾਜੂ ਪੰਪ ਵਾਲਾ ਭਰਾ ਕਹਿੰਦਾ ਮਨੀ ਦੁਬਈ ਦੇ ਨਾਲ ਸਾਡਾ ਕਰਨ ਮਾਠ, ਉਹ ਕਹਿੰਦੇ ਵੀ 2000 ਜੱਫੇ ਦਾ ਜੀਤ ਤੁਹਾਡਾ ਹੋਵੇਗਾ, ਜਾਂ ਸੀਤਾ ਪੱਤੜ ਜਾਂ ਸਮਿਤ ਜਾਂ ਗਗਨ ਨਾਗਰਾ। ਮੇਰੇ ਮਿੱਤਰੋ ਜੱਫਾ ਲਾ ਕੇ ਤੇ 2000 ਹੱਟ ਪਾਸੇ ਹੱਟ ਪਾਸੇ ਆ ਖੋਲਣ ਵਾਲਾ ਕੀ ਕਹਿੰਦਾ ਇਹ ਧੱਕਿਆਂ ਦੀ ਹਿੱਕ ਉੱਤੇ ਬੱਲੀਏ ਸਾਨੂੰ ਧੱਕੇ ਨਾਲ ਆਉਂਦਾ ਜਾਂਦਾ ਬਾਦ ਲਿਖਣਾ ਜਿੰਦਾਬਾਦ ਲਿਖਣਾ ਹੈ, ਇਹ ਜਿੰਦਾਬਾਦ ਧੱਕੇ ਨਾਲ ਲਿਖਣਾ ਹੁੰਦਾ ਹੈ। ਆਹ ਜਿੰਦਾਬਾਦ ਕਬੱਡੀ ਆ, ਖੇਡ ਕਬੱਡੀ ਦੀਆਂ ਵੱਡੀਆਂ ਗੱਲਾਂ ਨੇ ਮੇਰੇ ਮਿੱਤਰੋ। ਆਹ ਸਾਹਾਂ ਦੀ ਕਬੱਡੀ ਸਮੇਂ ਦੀ ਮਹਤਾਜ ਹੋ ਚੁੱਕੀ ਹੈ। ਸਮੇਂ ਦੀ ਇਡਲੀ ਤੇ ਮੋਹਨ ਲਾਲ ਨੇ ਕਰ ਦਿੱਤਾ ਵੀ ਦੋ ਜੱਫੇ ਸਾਡੀ ਟੀਮ ਦਾ ਜਿਹੜਾ ਖਿਡਾਰੀ ਲਾਊਗਾ 4100। ਰਾਜੂ ਪਾਪਾ ਕਹਿੰਦਾ ਵੱਡੇ ਮਾਨ ਸਨਮਾਨ ਦੇਣੇ ਨੇ, ਨਾ ਪੁਆਇੰਟ ਧਾਵੀ ਦੇ ਲਈ, ਪੁਆਇੰਟ ਢਾਵੀ ਲਈ ਸਰਪੰਚ ਵੇਟ ਕਰਿਆ ਕਰੋ ਭਰਾ, ਸਰਪੰਚ ਉਡੀਕ ਕਰਿਆ ਕਰੋ ਭਰਾ ਬਣ ਕੇ। ਇਹਨਾਂ ਦੀ ਵੀ ਜ਼ਿੰਮੇਵਾਰੀ ਵਾਲਾ ਫਾਈਨਲ ਮੈਚ ਹਜੇ ਆਪਾਂ ਦੇ ਰੇਣ ਬਾਅਦ ਚੋਟੀ ਦਾ ਮੈਚ ਅੱਜ ਦੇ ਦਿਨ ਦਾ। ਇੱਧਰ ਮਨਦੀਪ ਸ਼ੇਰਗਿੱਲ ਭਰਾ ਸਾਡਾ ਨਿਊਜ਼ੀਲੈਂਡ ਤੋਂ ਦਾ ਵੀ ਧੰਨਵਾਦ ਕਰਦੇ ਹਾਂ, ਯਾਰਾਂ ਦਾ ਯਾਰ ਸਾਡਾ ਵੀਰ, ਉਹ ਸਾਰਿਆਂ ਦਾ ਸਤਿਕਾਰ। ਮਨੀ ਪੁਰਾਣੀ ਰੀਲ ਨੂੰ ਮੈਚ ਰੁਕ ਰੁਕ ਕੇ ਚੱਲਣ ਲੱਗ ਪਿਆ ਭਰਾ ਬਣ ਕੇ। ਉੱਧਰ ਨਿਊਜ਼ੀਲੈਂਡ ਦੀ ਕਹਿੰਦੇ ਸੱਜਰੀ ਸਵੇਰ ਹੋ ਗਈ ਹੈ, ਜਾਂਦਾ ਰਹੇ ਵੀਰ ਸਾਡਾ। ਉੱਧਰਲੇ ਉੱਠ ਪਏ ਅਸੀਂ ਸੋਣਾ ਹਜੇ। ਮਨਦੀਪ ਤੈ ਤਾਂ ਉੱਠ ਪਿਆ ਸ਼ੇਰ ਕਹਿੰਦਾ ਅਸੀਂ ਜਾ ਕੇ ਭਾਈ ਸੋਹਣਾ ਹਜੇ ਤਿਆਰੀਆਂ ਕਰੀਏ। ਹੈਲੋ ਨਾ ਫਿਰ ਮੁਕਾਬਲਾ ਸ਼ੁਰੂ, ਕਦੇ ਬੰਦ ਕਦੇ ਸ਼ੁਰੂ।
ਲੈ ਵੀ ਭੋਲੇ ਵਾਲੀਆ ਤਾਂ ਐਂ ਚੱਲਦਾ ਰਹਿਣਾ, ਕਿਤੇ ਸ਼ਾਮ ਕਿਤੇ ਰਾਤ, ਕਿਤੇ ਦਿਨ ਕਿਤੇ ਦੁਪਹਿਰ, ਪਰ ਇਹ ਦੁਨੀਆਦਾਰੀ ਚੱਲਦੀ ਆਈ ਚੱਲਦੀ ਰਹਿਣੀ ਹੈ। ਨਾ ਧੁੱਪ ਰਹਿਣੀ ਨਾ ਸ਼ਾਮ ਹੁੰਦਿਆ, ਨਾ ਪਿਓ ਰਹਿਣਾ ਨਾ ਮਾਂ ਹੁੰਦਿਆ, ਹਰ ਸ਼ੈ ਨੇ ਆਖਰ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾ ਮੰਨਦਿਆ, ਆਉਣ ਜਾਣ ਬਣਿਆ। ਆਓ ਯਾਰਾਂ ਵੀ ਬਿਲਿਆ ਜਲਦੀ ਕਰੋ ਭਰਾ ਬਣ ਕੇ, ਅੱਗੇ ਤੋਂ ਜਲਾਲਪੁਰਾਂ ਨੇ ਨਾ ਦੋ ਦਿਨਾਂ ਦਾ ਠੇਕਾ ਕਰਿਆ ਕਰਾਂਗੇ। ਸ਼ਿਫਟ 12 ਤੋਂ ਬਾਅਦ ਵਾਲੀ ਫਿਰ ਅਗਲੇ ਦਿਨ ਚ ਚਲੀ ਜਾਂਦੀ ਹੈ, 12 ਵਾਲੀ ਸ਼ਿਫਟ ਅਗਲੇ ਤੋਂ ਡਿਊਟੀ ਕਰਿਆ ਕਰਾਂਗੇ। ਸਾਡਾ ਮੁਸਤਫਾ ਭਈਆ ਬਿੱਲਾ, ਪਰ ਦਿਆਲਪੁਰੀ ਮਨਦੀਪ ਹੋਣੀ ਵੀ ਜੁੜੇ ਹੋਏ ਆ, ਪਿਆਰ ਹੈ ਦਿੱਲੀ ਹੋਣਾ ਵੀ ਨਾਲ, ਪਰ ਚੇਚੀ ਸਾਹਿਬ ਚਲੋ ਟਾਈਮ ਦਾ ਜਿਹੜਾ ਹੋਣਾ ਸੀ ਹੋ ਗਿਆ, ਪਰ ਯਾਰ ਪਿਆਰ ਬੜਾ ਦਿੱਤਾ ਤੁਸੀਂ, ਪੈਸੇ ਨੂੰ ਵੱਡਾ ਪਿਆਰ ਹੈ, ਪਿੰਡ ਬੜਾ ਪਿਆਰਾ ਲੱਗਾ, ਲੋਕ ਬੜੇ ਪਿਆਰੇ ਲੱਗੇ, ਇੱਥੇ ਖਿੱਚਾ ਧੋਈ ਨਹੀਂ ਹੋਈ, ਇੱਥੇ ਨਾਵਾਂ ਦਾ ਰੌਲਾ ਨਹੀਂ ਸੀਗਾ, ਇੱਥੇ ਸੀਗਾ ਤਾਂ ਚੱਕਰ ਖੇਡ ਕਬੱਡੀ ਦਾ ਅਤੇ ਉਹਨਾਂ ਮਹਾਂਪੁਰਸ਼ਾਂ ਦੀ ਕਿਰਪਾ, ਬਸ ਆਉਣਾ ਸਾਡਾ ਸਫਲ ਹੋ ਗਿਆ, ਕਿਉਂਕਿ ਜ਼ਿੰਦਗੀ ਹੈ, ਰੱਬ ਨੇ ਡਿਊਟੀ ਲਾਈ ਹੈ, ਦਾਣਾ ਪਾਣੀ ਖਿਲਾ ਰਿਹਾ, ਉਹ ਚੋਗ ਚੁਗਦੇ ਚੁਗਦੇ ਰਹਿਣਾ। ਮੈਂ ਸ਼ੁਰੂ ਕਰਦੀ ਹੈ ਵੀਰ ਬਣ ਕੇ, ਕਾਕਾ ਇਟਲੀ ਸਮਿਤ, ਕਾਕਾ ਇੰਗਲੈਂਡ ਸਮਿਤ ਇਟਲੀ, ਮੋਹਨਲਾਲ ਇਟਲੀ, ਇਹਨਾਂ ਨੇ ਕਹਿਤਾ ਵੀ ਸਾਡੀ ਟੀਮ ਦਾ ਜਿਹੜਾ ਖਿਡਾਰੀ ਦੋ ਜੱਫੇ ਲਾਵੇਗਾ 51,100 ਦਿੱਤਾ ਯਾਰ। ਬਿੱਲੇ ਮੈਂ ਕਿਆਸ ਜਿਹਾ ਲਿਆ ਯਾਰ, ਵਾਹਿਗੁਰੂ ਮਿਹਰ ਕਰੇ ਤਾਂ ਉਹਦਾ ਕੰਮ ਨਾ ਹੋਵੇ। ਇੱਕ ਪਿੰਡਾਂ ਵਾਲਿਆਂ ਦਾ ਵਿਆਹ ਅਤੇ ਕਬੱਡੀ ਟੂਰਨਾਮੈਂਟ, ਇਹ ਰੌਲੇ ਬਿਨਾਂ ਨਿਬੜਦੇ ਨਹੀਂ, ਮਾੜੇ ਮੋਟੇ ਰੌਲੇ ਪੈ ਹੀ ਜਾਂਦੇ ਆ ਕਿਤੇ ਨਾ ਕਿਤੇ, ਇਹ ਤਾਂ ਗੱਲ ਪੱਕੀ ਹੈ। ਤੁਸੀਂ ਵਿਹਲੇ ਰਹਿੰਦੇ ਹੋ ਲਾਈਫ ਦੇ ਵਿੱਚ, ਵਿਆਹ 'ਚ ਕਿਤੇ ਫੁੱਫੜ ਰਸ ਗਿਆ, ਉਹ ਵੀ ਕੰਮ ਚੱਲ ਪੈਂਦਾ, ਇਹ ਕੰਮ ਉੱਦਾਂ ਦਾ ਬਣ ਜਾਂਦਾ ਫਾਈਨਲ ਜੇ ਜਾ ਕੇ, ਅਤੇ ਭਰਾ ਬਣ ਕੇ ਵਾਹਿਗੁਰੂ ਕਰੇ ਇੱਦਾਂ ਦਾ ਨਾਂ ਮਾਹੌਲ ਬਣੇ, ਵਧੀਆ ਮੈਚ ਹੋਣ, ਅਤੇ ਟਾਈਮ ਨਾ ਵੇਖ ਕੇ ਲੋਕ ਘਰਾਂ ਨੂੰ ਜਾਣ। ਬਾਹਰਲੇ ਭਰਾਵਾਂ ਲਈ ਇੱਕ ਗੱਲ ਚੰਗੀ ਹੈ, ਕਿੰਨਿਆਂ ਦੇ ਦਿਨ ਚੜ੍ਹ ਜਾਂਦਾ, ਕਿੰਨਿਆਂ ਦੇ ਸ਼ਾਮ ਹੁੰਦੀ ਹੈ, ਇਹ ਰੱਬ ਦੇ ਰੰਗ ਆ ਭਾਈ। ਜੀਤ ਤੇਲੂ ਪੱਟੀ ਤੇਲੂ ਪੱਟੀ ਖੁੱਲੀ ਆ ਕਿਸੇ ਚਾਹ ਵਾਲੇ ਭਾਈ ਦੀ ਹੱਟੀ, ਉਹ ਨੰਬਰ ਨੰਬਰ ਹੋਲਡ ਕਰਕੇ ਬਿੱਲਿਆ ਚਲਾ ਦਿਓ, ਬਿੱਲੇ ਚਲਾ ਦਿਓ। ਸਮਿਤ ਹੋਣਾ ਨੇ ਐਲਾਨ ਕੀਤਾ ਹੋਇਆ ਕਾਕੇ, ਔਰ ਸ਼ਿਵਜੀ ਤੇ ਦੀਪੇ ਹੋਣਾ ਨੇ ਵੀ ਮੋਦੂ ਭਲਵਾਨ ਦੀ ਟੀਮ ਦਾ ਜਿਹੜਾ ਜਾਫੀ ਦੋ ਜਫੇ ਲਾਵੇਗਾ 51,100। ਸਾਹਮਣੇ ਭੋਲੇ ਦੀ ਰੇਡ, ਔਰ ਚਾਰ ਨੇ ਗਗਨ ਨਾਗਰਾ, ਰਾਜੂ ਪੰਪਲਾ ਕਹਿੰਦਾ ਸਾਡੀ ਟੀਮ ਦਾ ਜਿਹੜਾ ਜਾਫੀ ਜਫਾ ਲਾਊ 2,000 ਪਾਊ। ਹੁਣ ਤੇ ਗੱਲ
ਬੂਟਿਆਂ ਮੋਟਰਸਾਈਕਲਾਂ ਤੇ ਅੜੀ ਹੋਈ ਆ। ਉਹ ਗੱਲ ਕਹਿੰਦੇ ਮੋਟਰਸਾਈਕਲਾਂ ਤੇ ਅੜੀ ਹੋਈ ਆ, ਗੱਲ ਉਧਰ ਸਰਪੰਚੀ ਦੀ ਵੀ ਅੜੀ ਹੋਈ ਆ, ਇਧਰ ਗੱਲ ਮੋਟਰਸਾਈਕਲਾਂ ਦੀ ਅੜੀ ਹੋਈ ਆ। ਜਿਹੜੇ ਪਿੰਡਾਂ 'ਚ ਕਹਿੰਦੇ ਸਹਿਮਤੀਆਂ ਹੋਈਆਂ ਚੰਗੇ ਰਹਿਣਗੇ, ਨਹੀਂ ਅੱਜ ਦੇ ਮੈਚ ਨੂੰ ਪਟਾਕੇ ਪੈਣਗੇ। ਆਹ ਟੱਕਰ ਸਿਰੇ ਦੀ ਆ, 7-19 ਤੇ 22 ਦੇ ਨਾਲ ਅੱਜ ਦਾ ਮੁਕਾਬਲਾ ਇੱਕ ਪਾਸਾ ਕਰਤਾ ਮੈਨੂੰ ਲੱਗਦਾ ਰਾਜੂ ਪੰਪੜ ਦੀ ਟੀਮ ਨੇ, ਉਧਰ ਮਧੂ ਭਲਵਾਨ ਜੁਕੇ ਵਾਲਾ ਵੀਰ ਆ ਸਾਡਾ, ਇੱਕੇ ਪਾਸੇ ਸਾਰਾ ਕੁਝ ਜਾਂਦਾ ਦਿੰਦਾ। ਉਹ ਜੈਗੋ ਕਰਦੇ ਗੱਲ ਸੁਣਿਆ, ਸਾਹਮਣੇ ਵੇਖ ਰਿਹਾ ਵੀ ਕੌਣ ਜਿੱਤਦਾ ਕੌਣ ਜਿੱਤਦਾ, ਇਹ ਸਮਾਂ ਦੱਸੂਗਾ, ਇਹ ਸਮਾਂ ਦੱਸੂਗਾ। ਲਓ ਪੁਆਇੰਟ ਗੁਰਵਿੰਦਰ ਦੇ ਲਈ ਹੈ, ਬਹੁਤਾ ਫਰਕ ਨੀ, ਗੱਲ ਤੇ ਜਿਵੇਂ ਕਹਿੰਦੀ ਉਹ ਨੀਕੀ ਦੀ ਹੈ, ਬਹੁਤਾ ਫਰਕ ਨੀ, ਆਹ ਗੱਲ ਤੇ ਨੀਕੀ ਦੀ ਹੈ, ਰੇੜੇ ਮਿਲ ਦੀ ਹੈ। ਉਹ ਸਾਹਮਣੇ ਵੇਖ ਲਿਆ ਵੀ ਕੌਣ ਜਿਹੜਾ ਵੀ ਜਾਫੀ ਜਫਾ ਲਾ ਗਿਆ, 51 ਕਰ ਦਿੱਤਾ ਹਸ਼ਿਆਰਿਆ, ਆਹ ਬੂਟਿਆ 51 ਹਸ਼ਿਆਰਿਆ 51 ਆਹ ਮੇਰੀ ਸਾ ਪੈਣਤਾ ਵੀ ਦੇ ਲਈ ਬੂਟਿਆਂ ਸਾਹਮਣੇ ਭੋਲਾ ਗਿਆ। ਆਹ ਕਹਿੰਦੇ ਭੋਲਾ 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 ਕੇ ਜੰਡੀ ਵਾਲਾ ਮੰਨਿਆ ਪਰਮੰਨਿਆ, ਆਹ ਕਹਿੰਦੇ ਗਮਰੂ ਸੀਤਿਆ ਓਏ ਲਾਜਫਾ ਕਰਾ ਬਾਜਾ ਬਾਜਾ, ਆਓ ਸਾਹਮਣੇ ਕਹਿੰਦੇ ਮਕਲੋਟੇ ਵਾਲਾ ਮਕਲੋਟੇ ਵਾਲਾ ਮਕਲੋਟੇ ਵਾਲਾ ਨੰਬਰ ਵੇਖੀਏ ਸਾਡੇ ਕੀ ਤੇ 23 ਨੇ 23 ਪਟਿਆ ਡੇਢ ਨੰਬਰ ਦਾ ਫਰਕ ਹੈ, ਉਧਰ ਵੀ ਡੇਢ ਇਧਰ ਵੀ ਡੇਢ। ਕਿਆ ਬਾਤ ਹੈ, ਜਿਹੜੇ ਮਿੱਤਰਾਂ ਦੇ ਨਾਂ ਤੋਂ ਅੱਗੇ ਫੜਦੇ ਨੀ ਲਾਟ ਮਰਵਾਵਾਂਗੇ ਕਦੋਂ, ਜੇ ਹੁਣ ਤਾਂ ਕਰਾਈ ਬਹਿ ਜਾ ਬਹਿ ਜਾ ਨੀ ਫੇਰ ਕਰਵਾਵਾਂਗੇ ਕਦੋਂ, ਜੇ ਹੁਣ ਤਾਂ ਕਰਾਈ ਬਹਿ ਜਾ ਬਹਿ ਜਾ ਨੀ ਫੇਰ ਕਰਵਾਵਾਂਗੇ ਕਦੋਂ। ਕਹੋ ਫੌਜੀ ਕਹੋ ਫੌਜੀ ਫੌਜੀ ਟਾਕੜ ਫੌਜੀ ਟਾਕੜ ਟਿੱਕਰ ਵੇਲਾ ਜਲਾਲਪੁਰ ਦੇ ਵਿੱਚ ਹੌਦੀ ਰਿਸ ਹੈ ਪਿਆਰ ਦਾ ਬਿੱਲੇ, ਜਿਹੜੇ ਬਾਹਰ ਨੈਣ ਤੋਂ ਪਲੇਅਰ ਖੜੇ ਉਹਨਾਂ ਨੂੰ ਵੀ ਗਰਾਊਂਡ 'ਚ ਸੱਦ ਲਾ, ਜਿਹੜੇ ਬਾਹਰ ਖੜੇ ਨੇ ਨੈਣ ਤੋਂ ਪਲੇਅਰ ਉਹਨਾਂ ਨੂੰ ਵੀ ਗਰਾਊਂਡ 'ਚ ਸੱਦ ਲਓ ਭਰਾ ਬਣ ਕੇ, ਜਿਹੜੇ ਬਾਹਰ ਖੜੇ ਨੈਣ ਤੋਂ ਉਹਨਾਂ ਨੂੰ ਵੀ ਗਰਾਊਂਡ 'ਚ ਸੱਦ ਲਓ। ਦੂਜੇ ਪਲੇਅਰ ਨੂੰ ਮੇਰੀ ਨਾਲ ਦਿਆਂ ਨੂੰ ਬੇਨਤੀ ਆ ਵੀ ਜਿਹੜੇ ਤੁਹਾਡੇ ਨਾਲ ਦੇ ਪਲੇਅਰ ਆਏ ਆ ਜਿਹਨਾਂ ਦੇ ਕੱਪੜੇ ਪਾਏ ਆ ਉਹਨਾਂ ਨੂੰ ਵੀ ਗਰਾਊਂਡ 'ਚ ਸੱਦ ਲਓ। ਵਾਰ ਵਾਰ ਕਹਿੰਦੇ ਚੰਗੇ ਨਹੀਂ ਲੱਗਦੇ ਯਾਰ ਉਧਰਲੇ ਬੰਨੇ, ਰੇਡਰ ਕਿਸੇ ਤੁਹਾਡੇ ਵਿੱਚ ਵੱਜੂਗਾ, ਨੰਬਰ ਤੁਹਾਡਾ ਖਰਾਬ ਹੋਣਾ, ਕਿਸੇ ਦਾ ਕੁਝ ਨਹੀਂ ਜਾਣਾ, ਇਹ ਨਾਲ ਦੇ ਪਲੇਅਰ ਹੈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਭਰਾ ਯਾਰ ਲੈਣ ਤੋਂ ਬਾਹਰ ਬਹਿ ਜਾ ਕੇ, ਬਹੁਤ ਧੰਨਵਾਦ ਤੁਹਾਡਾ। ਸੁਰਿੰਦਰ ਆਡੋਵਾਲੀਆ ਸਾਡੇ ਵੀਰ ਨੇ 1100 ਲਵਾਇਆ ਹੋਇਆ, ਸਮਿਤ ਦੇ ਬੋਣ ਹੋਣਾ ਨੇ ਕਾਕੇ ਹੋਣਾ ਨੇ ਜੱਫੇ ਦੇ ਵੀ 5100 ਐਲਾਨ ਕੀਤਾ ਹੋਇਆ, 61,000 41,000 ਦੋ ਮੋਟਰਸਾਈਕਲਾਂ ਦੀ ਜੰਗ ਜਿਹੜੀ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਬਣੀ ਹੋਈ ਹੈ। ਜਦੋਂ ਨੂੰ ਕੰਮ ਜਾਂ ਗਰਮ ਹੁੰਦਾ ਉਦੋਂ ਨੂੰ ਠੰਡਾ ਕਰ ਦਿੰਦੇ। ਨੀਲੂ ਬਾੜ ਜੀ ਤੇਲੂ ਪੱਟੀ ਦਾ ਸੰਪਰਕ ਬਣਾ ਲੈਣਾ, ਬਿੱਲਿਆ ਮਿੰਟ ਬਾਅਦ ਦੰਦਾ ਅੜ ਜਾਂਦਾ ਕਾਂਤੇ ਅੜਦਾ ਯਾਰੇ, ਸਾਰੇ ਮੈਚ ਵਧੀਆ ਹੋ ਗਏ ਫਾਈਨਲ ਜਾ ਕੇ ਯਾਰਾ, ਪਿਆਰ ਨਾਲ ਕੋਈ ਵੀ ਕਈ ਵਾਰੀ ਹੋ ਸਕਦਾ ਉਹ ਨਿੱਕੀ ਹੋ ਜਾਂਦੀ ਹੈ, ਪਰ ਥੋੜ੍ਹਾ ਪਲੇਅਰ ਵੀ ਕੰਪਰੋਮਾਈਜ਼ ਕਰਨ ਯਾਰ, ਸਾਰਾ ਦਿਨ ਰੈਫਰੀ ਕਰਨੀ ਵੀ ਬਹੁਤ ਔਖੀ ਹੈ, ਸਾਰਾ ਦਿਨ ਹੂਟਰ ਵਜਾਉਣਾ ਵੀ ਬਹੁਤ ਔਖਾ ਹੈ, ਅਤੇ ਕਬੱਡੀ ਖੇਡਣੀ ਉਦੋਂ ਜ਼ਿਆਦਾ ਬਹੁਤ ਔਖੀ ਹੈ। ਜੀਤ ਕੋਟਲੀ ਵਾਲਿਆ ਇਹਦਾ ਧਿਆਨ ਹੁਣ ਮੋਟਰਸਾਈਕਲਾਂ ਨਾਲ ਉੱਠਿਆ,
ਮੈਨੂੰ ਤਾਂ ਲੱਗਦਾ ਹੋਰ ਪਾਸੇ ਆ। ਨਾ ਕੰਮ ਹੁਣ ਤੈਨੂੰ ਪਤਾ ਜਿਹੜੀ ਜੰਗ ਲੜ ਰਹੇ ਨੇ ਉਹ ਜਿੱਤਣ ਦੇ ਲਈ ਧਿਆਨ ਫਿਰ ਉੱਧਰ ਹੀ ਆ। ਵੀਰ ਬਣ ਕੇ ਕੰਪਰੋਮਾਈਜ਼ ਕਰੀਏ ਤੇ ਮੈਂ ਸ਼ੁਰੂ ਕਰਵਾਈਏ। ਜੈਂਗੋ ਨੰਬਰ ਕਿਹੜੇ ਕਿਹੜੇ ਦਿੱਤੇ ਸੀ ਉਹਨਾਂ ਨੂੰ? ਸਾਢੇ ਚੌਵੀ ਤੇ ਪੱਚੀ ਦੀ ਮੈਨੂੰ ਲੱਗਦਾ। ਸਾਢੇ ਚੌਵੀ ਤੇ ਪੱਚੀ ਹੈ ਨਾ ਜੀ। ਤੇ ਮੈਨੂੰ ਲੱਗਦਾ ਕਦੀ ਰੇਡ ਪੈਣੀ ਆ ਪਾਲ ਗਏ ਯਾਰ। ਬਾਈ ਚਾਹ ਚਾਹੀਦੀ ਹੈ? ਕਿਹਨੇ ਕਿਹਨੇ ਚਾਹ ਪੀਣੀ ਆ? ਸਾਰੀ ਭਾਰਤ ਜਾਉਂਦੇ ਰਹੋ। ਇਹ ਪਿਆਰ ਹੈ ਖੇਡ ਕਬੱਡੀ ਦੇ ਨਾਲ। ਜੇ ਹੁਣ ਤੂੰ ਘਰੇ ਪਏ ਹੁੰਦੇ ਬਹੁਤਿਆਂ ਨੇ ਜਿਵੇਂ ਕਹਿੰਦੇ ਮੱਝਾਂ ਵੇਚ ਕੇ ਸੁੱਤੇ ਪਏ ਹੋਣਾ ਸੀ, ਪਰ ਖੇਡ ਕਬੱਡੀ ਕਰਕੇ ਜਾਗਦੇ ਆ। ਧੰਨ ਨੇ ਖੇਡ ਕਬੱਡੀ ਦੇ ਦੀਵਾਨੇ ਜਿਹੜੇ ਬਹੁਤਿਆਂ ਮੇਲਿਆਂ ਤੇ ਤੜਕੀ ਦੇ ਚਾਰ ਚਾਰ ਵਜੇ ਤੱਕ ਵੀ ਜਾਗਦੇ ਰਹਿੰਦੇ ਆ। ਪਰ ਅਸੀਂ ਬੇਨਤੀ ਕਰਦੇ ਹਾਂ ਸਾਰੀਆਂ ਕਮੇਟੀਆਂ ਨੂੰ ਵੀ ਖੇਡ ਕਬੱਡੀ ਦੇ ਵਿੱਚੋਂ ਜੇ ਜਗਰਾਤਾ ਬੰਦ ਹੋ ਜਾਏ ਨਾ ਤਾਂ ਗੱਲ ਬਣ ਜੇ, ਕਿਉਂਕਿ ਜਿਹੜੇ ਦਰਸ਼ਕ ਕਬੱਡੀ ਦਾ ਆਨੰਦ ਲੈਣ ਲਈ ਆਉਂਦੇ ਆ ਉਹ ਪੂਰਾ ਫਾਈਨਲ ਮੈਚ ਨਹੀਂ ਦੇਖ ਸਕਦੇ। ਇਸ ਕਰਕੇ ਸਾਰੀਆਂ ਕਲੱਬਾਂ ਨੂੰ ਬੇਨਤੀ ਆ, ਸੀਮਿਤ ਟੀਮਾਂ ਤੇ ਖਿਡਾਰੀ ਵੀ ਟਾਈਮ ਸਰਾਇਆ ਕਰੋ। ਤੇਲੂ ਪੰਡਿਤ ਜੀ ਆਓ, ਆ ਮਾਈਕ ਤੇ ਆਜੋ। ਤੇਲੂ ਪੰਡਿਤ ਜੀ, ਹੁਣ ਤਾਂ ਕੰਮ ਜਮੀ ਠੰਡੇ ਥਾਂਚੇ ਚ ਚੱਲ ਰਿਹਾ। ਤੇਲੂ ਭਾਜੀ, ਇੰਨੀ ਕਾਗਰੀ ਕਬੂਲ ਕਰਿਓ, ਦਸ ਬੂਟਾਂ ਉਮਰੀਆਂ ਮਾਫੀ ਚਾਹੁੰਦਾ ਤੁਹਾਡੇ ਤੋਂ। ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਤੀਤੀ ਸਾਹਿਬ, ਤੇਲੂ ਭੱਟੀ ਜੀ, ਵੱਡੇ ਵੀਰ, ਛੋਟੇ ਭਰਾ ਆ ਜਾ ਸੋਹਣਿਆ, ਮੈਂ ਤੇਰੇ ਤੋਂ ਮਾਫੀ ਵੀ ਚਾਹਾਂਗਾ। ਤੇ ਮਨੀ ਪਲੀਜ਼ ਇਹਨਾਂ ਦਾ ਗਲੈਸ਼ ਵਗੈਰਾ ਬੇੜ ਕੇ ਮੈਚ ਲਾ ਦਿਓ। ਸਾਰੇ ਪਿੰਡ ਜਲਾਲਪੁਰ ਦਾ, ਮਹਾਂਪੁਰਸ਼ਾਂ ਦਾ, ਸਾਰੇ ਐਨ ਆਰ ਆਈ ਵੀਰਾਂ ਦਾ ਬੂਟਾ ਅਮਰੀਆਂ ਦਾ ਧੰਨਵਾਦ ਕਰਦਾ। ਜੇ ਕਿਸੇ ਸ਼ਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਛੋਟਾ ਵੀਰ ਸਮਝ ਕੇ ਮਾਫ ਕਰਿਓ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਣੇ ਸਰਬੰਧ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਇੱਕ ਪਾਸੇ 24 ਨੰਬਰ ਹੈ, ਦੂਜੇ ਪਾਸੇ 21 ਨੰਬਰ ਹੈ। ਹਾਂਜੀ, ਰੇਡ ਪੈਣੀ ਹੈ ਜੀ, ਮਿਲਾ ਕਰੋ ਜੀ। ਜਿਹਦੀ ਵੀ ਬਣਦੀ ਹੈ ਯਾਰ ਪਾ ਦਿਓ ਵੀਰ ਬਣ ਕੇ, ਜਿਹਦੀ ਰੇਡ ਬਣਦੀ ਹੈ। ਰੇਡਾਂ ਵੀ ਮਿਹਨਤਾਂ ਕਰ ਕਰਕੇ ਪਾਉਣੀਆਂ ਪੈਂਦੀਆਂ। ਪਵਾ ਦਿਓ ਜੀ, ਜਿਹੜੀ ਰੇਡ ਰਹਿੰਦੀ ਹੈ ਜਲਦੀ। ਨਾਲੇ ਰੱਤੇ ਆਉਣ ਦਾ ਮੇਲਾ ਸ਼ੁਰੂ ਹੋ ਜਾਣਾ 5-6 ਘੰਟੇ ਤੱਕ ਇਸੇ ਇਲਾਕੇ ਦਾ। 28-29 ਜਿਵੇਂ ਕਹਿੰਦੀ 27-28-29 ਦਾ ਮੇਲਾ ਹੈ, ਅੱਜ 30 ਦੇ ਵਿੱਚ ਵੀ ਪੁੱਜ ਗਿਆ। ਮੇਰਾ ਨੰਬਰ, ਮੇਰਾ ਨੰਬਰ, ਮੈਨੂੰ ਸੌ ਲੱਗੇ ਮੇਰਾ ਨੰਬਰ। ਜੈਂਗੋ ਤੇ ਨੰਬਰ ਕਿਹਦਾ ਇਹ ਕੋਈ ਪਤਾ ਨਹੀਂ, ਨੰਬਰ ਕਿਹਦਾ?
ਆਨੰਦਪੁਰ ਕਲਾਉਣ ਦੇ ਵਿੱਚ ਵੀ ਇਹੋ ਜਿਹਾ ਕੁਝ ਹੋ ਗਿਆ। ਆਪ 200 ਕਿਲੋਮੀਟਰ ਜਾਣਾ ਘੱਟੋ ਘੱਟ, ਅਤੇ ਆਪ ਚਾਹੁੰਦੇ ਵੀ ਕਬੱਡੀ ਪੈ ਜੇ ਤੇ ਕੰਮ ਸਿਰੇ ਲੱਗੂ। ਅਸੀਂ ਵੀ ਸਿਰੇ ਲਾਉਣ ਵਾਲੇ ਹਾਂ, ਅੰਤ ਵਿਚਾਲੋ ਅਸੀਂ ਵੀ ਨੀ ਭੱਜੇ ਕਦੇ। ਮਨੀ ਦੀ ਗੱਲ ਵੇਲੇ ਇੱਕ ਪਾਸੇ ਵੈਡ ਕਹਿੰਦਾ ਹੈ, ਨਵੇੜ ਦੇ ਉੱਤੇ ਰੌਲਾ ਹੀ ਬਹੁਤ ਚੰਗਾ ਚੱਲਦਾ। ਗੁਲਸ਼ਨ ਮਟੇਰਾ ਕਾਲਾ ਵੀਰ ਸਾਡਾ, ਉਹ ਮਹਾਂਪੁਰਸ਼ਾਂ ਤੋਂ ਆਪਣੇ ਸਨਮਾਨ ਚਿੰਨ ਗ੍ਰਹਿਣ ਕਰਨਗੇ। ਬੇਨਤੀ ਹੈ ਜੀ ਗੁਲਸ਼ਨ ਕੁਮਾਰ ਕਾਲਾ ਜੀ ਮਟੇਰਾ ਤੋਂ, ਜ਼ਰੂਰ ਮੇਨ ਸਟੇਜ ਤੋਂ ਬਾਬਾ ਭਗਵਾਨ ਦਾਸ ਜੀ ਤੋਂ ਆਪਣਾ ਸਨਮਾਨ ਚਿੰਨ ਗ੍ਰਹਿਣ ਕਰਨਗੇ। ਮੈਚ ਸ਼ੁਰੂ ਕਰਵਾ ਦੋ। ਸਾਹਮਣੇ 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 ਰੇਡ ਭੋਲੇ ਦੀ ਚਾਰ ਨੇ, ਆ ਕੋਟੀਆਂ ਖੜਕਾ ਲੜਕਾ ਹੋਵੇ, ਆ ਲਾਸਟ ਬਾਰ ਦੇ ਵਿੱਚ ਮੈਚ ਆ ਰਾਈਡ ਤੇ ਖੜਕਾ ਲੜਕਾ ਖੜਕਾ ਲੜਕਾ ਖੜਕਾ ਲੜਕਾ ਹੋਵੇ, ਆ ਕੋਟੀ ਵਾਲਿਆ ਖੜਕਾ ਲੜਕਾ ਹੋਵੇ, ਕੋਟੀ ਵਾਲਿਆ ਖੜਕਾ ਲੜਕਾ ਹੋਵੇ। ਜੀਤ ਇਹਦੀ ਕੋਟੀ ਨਾ ਪ੍ਰੀਤ, ਜੀਤ ਟਾਈਮ ਸਾਡਾ ਲੱਗ ਗਿਆ, ਜਿਹਨੂੰ ਜਿਹਨੂੰ ਵਹਿਮ ਆ ਉਹ ਪਤਾ ਨੀ ਪਤੰਦਰਾਂ ਨੂੰ ਹਲੇ ਕੈਮ ਆ, ਪਤਾ ਨੀ ਪਤੰਦਰਾਂ ਨੂੰ ਮੁੰਡਾ ਹਲੇ ਕੈਮ ਆ। ਹਾਂਜੀ 25 ਨੰਬਰ ਹੋ ਗਏ ਹੈ, 24.5 ਤੇ 25 ਨੰਬਰ, ਠੀਕ ਆ ਜੀ। ਇੱਥੇ ਮੈਚ ਸਮਾਪਤ ਹੈ। ਗੁਰੇ ਸੋ ਨਿਹਾ ਸਤਿ ਸ੍ਰੀ ਅਕਾਲ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਲੈ ਵੀ ਵੀਰ ਪਿਆਸ ਤਾਲੀ ਲਿਆ ਲੈ, ਮੋਟਰਸਾਈਕਲਾਂ ਦੇ ਫੈਸਲੇ, ਬਹੁਤ ਬਹੁਤ ਧੰਨਵਾਦ ਹੈ ਸਾਰੀ ਜ਼ਿੰਦਗੀ ਦਾ। ਆਓ ਜੀ ਸਾਡੇ ਬਲਵੀਰ ਹਲਮਾਜਰਾ ਜੀ, ਮਿੱਟੂ ਹਕਲਾ ਜੀ, ਅਸਮਾਨ ਦੇ ਵਿੱਚ ਠਾ ਠਾ ਆ ਜਾਓ ਚੱਲੀਏ। ਸਾਡੇ ਠੇਕੇਦਾਰ ਨੀਲੂ ਬਾੜ ਜੀ, ਹਾਂ ਬਚ ਕੇ ਬਚ ਕੇ ਇੱਧਰ ਬੂਟਾ ਉਤਾਰ ਕੇ ਜਿਹੜਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਪੱਟੀ ਮੁਬਾਰਕਬਾਦ, ਬਹੁਤ ਸੋਹਣੇ ਫੁੱਲਾਂ ਨਾਲ ਸਾਂਝ ਪਾਈ ਹੈ, ਬਹੁਤ ਲਿਆਕਤ ਨਾਲ ਬੋਲਿਆ ਗਿਆ ਹੈ, ਪੱਟੀ ਮੁਬਾਰਕਬਾਦ ਦਿੰਦੇ ਹਾਂ। ਉਹਨਾਂ ਦੇ ਸ਼ਾਗਿਰਦ ਨੂੰ ਵੀ ਬੇਨਤੀ, ਉਹ ਵੀ ਆਪਣਾ ਸਨਮਾਨ ਚੱਲ ਅੱਜ ਮੇਰਾ ਵੀਰ ਇੱਕ ਹੋਰ ਸਨਮਾਨ ਦੇ ਦਿਓ, ਅੱਜ ਮੇਰਾ ਵੀਰ ਤੁਸੀਂ ਵੀ ਜਿਹੜੀ ਹੈਲੋ ਬਿੱਟੂ ਜੀ ਇੱਕ ਮਿੰਟ, ਆਦੇ ਮੇਲੇ ਦੇ ਵਿੱਚ ਮੋਦੂ ਪ੍ਰਵਾਨ ਜੂਕੋ ਦੀ ਟੀਮ ਦੇ ਪੁਆਇੰਟ ਨੇ 22.5, ਰਾਜੂ ਪਾਪਾ ਦੀ ਟੀਮ ਦੇ ਪੁਆਇੰਟ ਨੇ 25। ਫਾਸਟ ਰੇਡਰ ਆਦੇ ਮੇਲੇ ਦਾ 12 ਕਬੱਡੀਆਂ, 11 ਨੰਬਰ ਭੋਲਾ ਧਨੌਰੀਆ ਆਦੇ ਮੇਲੇ ਦਾ, ਜਲਾਲਪੁਰ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਣ ਗਿਆ। ਮੁਬਾਰਕਬਾਦ ਇਸ ਖਿਡਾਰੀ ਨੂੰ। ਵੈਦ ਜਾਫੀ 5 ਤੱਤ 2 ਜਫੇ ਕੋਟਲੀ ਵਾਲੇ ਜੀਤਦੇ ਨੇ ਬੁੱਟੇ, ਮੈਂ ਕਿਹਾ ਸੀ
ਮੋਟਰਸਾਈਕਲਾਂ ਦੇ ਘਰ ਕਿਉਂ ਚੱਪਿਆ ਕੋਟੜੀਆਂ ਜੀਤਾਂ ਦੇ ਮੇਲੇ ਦਾ ਮੋਟਰਸਾਈਕਲ ਦਾ ਜੇਤੂ ਬਣਿਆ।